ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਰ ਸੇਵਾ ਦੇ ਨਾਮ ਉੱਪਰ ਸਿੱਖ ਕੌਮ ਦੀ ਲੁੱਟ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਹੈ। ਕਾਰ ਸੇਵਾ ਦਾ ਠੇਕਾ ਬਾਬੇ ਕਮੇਟੀਆਂ ਨੂੰ ਵੱਡੀ ਰਿਸ਼ਵਤ ਦੇ ਕੇ ਲੈਂਦੇ ਹਨ। ਰੀਸੈਂਟ ਸਮੇਂ ਦੇ ਵਿੱਚ ਤਰਨ ਤਾਰਨ ਸਾਹਿਬ ਦੀ ਸਿੱਖ ਰਾਜ ਦੇ ਸਮੇਂ ਦੀ ਬਣੀ ਹੋਈ ਵਿਰਾਸਤੀ ਦਰਸ਼ਨੀ ਡਿਊੜੀ ਨੂੰ ਢਾਉਣ ਦਾ ਠੇਕਾ ਜਗਤਾਰ ਸਿੰਘ ਨਾਮਕ ਸਾਧ ਨੇ ਲਿਆ। ਸ਼੍ਰੋਮਣੀ ਕਮੇਟੀ ਨੇ ਵੋਟਾਂ ਨੇੜੇ ਹੁੰਦੇ ਦੇਖ ਕੇ ਸਾਧ ਦੇ ਨਾਲ 25 ਕਰੋੜ ਦੇ ਵਿੱਚ ਡੀਲ ਕੀਤੀ। ਸੰਗਤਾਂ ਦੀ ਲੁੱਟ ਕਰਕੇ ਇਹ ਬਾਬੇ